ਇਹ ਬਹੁਤ ਜ਼ਰੂਰੀ ਹੈ ਕਿ ਬੱਚੇ ਲਈ ਪ੍ਰਗਟਾਵੇ ਦਾ ਸਭ ਤੋਂ ਵਧੀਆ ਮਾਧਿਅਮ ਉਹਦੀ ਮਾਤ ਭਾਸ਼ਾ ਹੀ ਹੁੰਦੀ ਹੈ। ਔਰ UGC ਨੇ ਇਹ ਆਪਣੇ ਤੌਰ 'ਤੇ ਲਾਗੂ ਕਰਾਉਣ ਲਈ ਨਹੀਂ ਕਿਹਾ, ਇਹ ਅਸਲ 'ਚ ਜਿਹੜੀ ਸਾਡੀ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਹੈ ਉਹਦਾ ਇੱਕ ਹਿੱਸਾ ਆ। ਦੂਸਰੀ ਗੱਲ ਕੀ ਇਹਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਲਾਗੂ ਕਰਨਗੀਆਂ, ਪਰ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਉਹ ਬਿਲਕੁਲ ਇਸ ਨੂੰ ਲਾਗੂ ਨਹੀਂ ਕਰਨਗੀਆਂ। ਸਰਕਾਰਾਂ ਦਾ ਇਹ ਏਜੰਡਾ ਨਹੀਂ ਹੈ, ਸਰਕਾਰਾਂ ਕੋਲ ਇੰਨਾ ਸਮਾਂ ਹੀ ਨਹੀਂ ਹੈ। ਸਰਕਾਰਾਂ ਨੇ ਸਿੱਖਿਆ ਨੂੰ ਅਤੇ ਪਬਲਿਕ ਹੈਲਥ ਦੀ ਸਰਕਾਰਾਂ ਦੀ ਕੋਈ ਤਰਜੀਹ ਨਹੀਂ, ਸਰਕਾਰਾਂ ਹੋਰ ਕੰਮਾਂ 'ਚ ਲੱਗੀਆਂ ਨੇ। ਮੈਂ ਜਦੋਂ ਹੋਰ ਸ਼ਬਦ ਵਰਤ ਰਿਹਾ ਤਾਂ ਇਨਵਰਟਡ ਕੌਮਿਆਂ 'ਚ ਵਰਤ ਰਿਹਾ, ਇਹਨੂੰ ਸਮਝਣ ਵਾਲੇ ਸਮਝ ਜਾਣਗੇ ਕਿ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਸਰਦਾਰ ਤੋਤਾ ਸਿੰਘ ਹੋਣਾ ਨੇ ਉਸੇ ਲਛਮਣ ਸਿੰਘ ਗਿੱਲ ਦੇ ਪਿੰਡ ਤੋਂ ਪੰਜਾਬੀ 'ਚ ਅੰਗਰੇਜ਼ੀ ਦੀ ਪੜ੍ਹਾਈ ਕਰਾਉਣ ਦੀ ਮੁਹਿੰਮ ਸ਼ੁਰੂ ਕੀਤੀ, ਜਿਸ ਲਛਮਣ ਸਿੰਘ ਗਿੱਲ ਨੇ 1967 'ਚ ਪੰਜਾਬ ਰਾਜ ਭਾਸ਼ਾ ਐਕਟ ਬਣਾਇਆ ਸੀ। ਇਹ ਹਮਾਕਤ ਕੀਤੀ ਕਿ ਪੰਜਾਬ 'ਚ ਪਹਿਲੀ ਜਮਾਤ 'ਚੋਂ ਅੰਗਰੇਜ਼ੀ ਪੜ੍ਹਾਈ ਜਾਵੇ ਅਤੇ ਨਾਲ ਇਹ ਕਿਹਾ ਗਿਆ ਕਿ ਬੱਚਿਆਂ ਨੂੰ ਸਾਇੰਸ ਅਤੇ ਮੈਥ ਪ੍ਰਾਇਮਰੀ ਪੱਧਰ 'ਤੇ ਅੰਗਰੇਜ਼ੀ 'ਚ ਪੜ੍ਹਾਇਆ ਜਾਵੇ, ਜਿਹੜੀ ਕਿ ਦੁਨੀਆ ਭਰ ਦੇ ਵਿਗਿਆਨੀਆਂ ਦੀਆਂ ਜੇ ਕੱਢੇ ਸਿੱਟਿਆਂ ਤੋਂ ਬਿਲਕੁਲ ਉਲਟ ਸੀ। ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਜਦੋਂ ਸਾਡੀ ਮਾਤ ਭਾਸ਼ਾ ਦਿਵਸ ਹੈ ਤਾਂ ਤੁਸੀਂ ਸਾਰੇ ਬੋਰਡ ਨੇ ਜਿਹੜੇ ਉਹ ਪੰਜਾਬੀ 'ਚ ਕਰ ਲਓ, ਅਸੀਂ ਤਾਂ ਉਹ ਵੀ ਨਹੀਂ ਕੀਤੇ ਜੀ, ਸਾਡੇ ਲੋਕਾਂ ਨੇ ਤਾਂ ਉਹ ਵੀ ਨਹੀਂ ਮੰਨਿਆ। ਸਾਡੀ ਜਿਹੜੀ ਮਿਡਲ ਕਲਾਸ ਆ ਉਹਦੇ ਮਨਾਂ 'ਚ ਇੱਕ ਜਿਹੜੀ ਭ੍ਰਾਂਤੀ ਪਾ ਦਿੱਤੀ ਗਈ ਔਰ ਪੱਕੀ ਕਰ ਦਿੱਤੀ ਗਈ ਕਿ ਅੰਗਰੇਜ਼ੀ ਹੀ ਗਿਆਨ ਦੀ ਭਾਸ਼ਾ ਆ। ਜੇ ਅਸੀਂ ਇਸ ਗੱਲ ਨੂੰ ਲੋਕਾਂ ਦੀ ਸਮਝ ਦਾ ਹਿੱਸਾ ਨਹੀਂ ਬਣਾ ਸਕੇ ਤਾਂ ਮੈਂ ਸਮਝਦਾ ਕਿ ਇਹਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਪੰਜਾਬ ਦੇ ਲੇਖਕਾਂ ਅਤੇ ਪੰਜਾਬ ਦੇ ਬੁੱਧੀਜੀਵੀਆਂ ਦੇ ਉੱਤੇ ਆਉਂਦੀ ਆ ਕਿ ਅਸੀਂ ਲੋਕਾਂ 'ਚ ਇਸ ਕਿਸਮ ਦੀ ਭਾਸ਼ਾ ਦੀ ਚੇਤਨਾ ਨਹੀਂ ਪੈਦਾ ਕਰ ਸਕੇ ਜਿਸ ਕਿਸਮ ਦੀ ਭਾਸ਼ਾ ਦੀ ਚੇਤਨਾ ਸਾਊਥ ਦੇ ਸੂਬਿਆਂ ਵਿੱਚ ਆ ਜਾਂ ਬੰਗਾਲੀਆਂ ਕੋਲ ਆ। ਇੱਕ ਤਾਂ ਇਹ ਜ਼ਿੰਮੇਵਾਰੀ, ਦੂਜੀ ਗੱਲ ਇਹ ਆ ਕਿ ਲੇਖਕ ਭਾਈਚਾਰਾ ਅਤੇ ਬੁੱਧੀਜੀਵੀ ਉਹ ਸਾਡੇ ਸਮਾਜ ਨੂੰ ਸੁਚੇਤ ਕਰਨ ਦਾ ਕੰਮ ਤਾਂ ਕਰ ਸਕਦੇ ਆ, ਪਰ ਇਹਨਾਂ ਦੀ ਆਪਣੇ ਤੌਰ 'ਤੇ, ਕਿਉਂਕਿ ਇਹਨਾਂ ਦੀ ਰੇਸ਼ੋ ਬਹੁਤ ਥੋੜ੍ਹੀ ਆ, ਇਹਨਾਂ ਦੀ ਆਪਣੇ ਤੌਰ 'ਤੇ ਏਡੀ ਵੱਡੀ ਭੂਮਿਕਾ ਨਹੀਂ। ਅਸੀਂ ਲੰਮੇ ਸੰਘਰਸ਼ ਅਤੇ ਜਾਨ ਹੂਲ ਨੇ ਸੰਘਰਸ਼ ਨਹੀਂ ਕੀਤੇ, ਅਸੀਂ ਅਸਫਲ ਹੋਏ ਹਾਂ, ਸਾਨੂੰ ਇਹ 'ਚ ਮੰਨਣ 'ਚ ਕੋਈ ਇਤਰਾਜ਼ ਨਹੀਂ। ਜਿਸ ਕਿਸਮ ਦੀ ਸਮਾਜ ਵਿੱਚ ਕਰਪਸ਼ਨ ਆ, ਇਸ ਕਿਸਮ ਦੀ ਕਰਪਸ਼ਨ ਦਾ ਸ਼ਿਕਾਰ ਅਸੀਂ ਵੀ ਹਾਂ, ਸਾਨੂੰ ਵੀ ਜਦੋਂ ਅਹੁਦੇਦਾਰੀਆਂ ਦਾ ਲਾਲਚ ਹੁੰਦਾ ਆ, ਇਨਾਮਾਂ ਦਾ ਲਾਲਚ ਹੁੰਦਾ ਆ, ਉਦੋਂ ਅਸੀਂ ਵੀ ਮਲਮੀ ਜੀਵ ਨਾਲ ਅਸੀਂ ਸਰਕਾਰ ਦੇ ਗੁਣ ਗਾਉਣ 'ਚ ਤਾਂ ਬਹੁਤ ਤੇਜ਼ ਹਾਂ, ਪਰ ਸਰਕਾਰ ਦੀ ਆਲੋਚਨਾ ਸਰਕਾਰ ਦੇ ਮੂੰਹ 'ਤੇ ਕਰਨ ਤੋਂ ਬਹੁਤ ਡਰਦੇ। ਸਤਿ ਸ਼੍ਰੀ ਅਕਾਲ, ਦਾ ਅਨਮਿਊਟ ਦੇਖ ਰਿਹਾ ਤੁਸੀਂ ਅਤੇ ਮੈਂ ਹਾਂ ਰਵੀ ਸੰਘਰਾ। ਪੰਜਾਬ ਦੇ ਵਿੱਚ ਰਹਿੰਦਿਆਂ ਪੰਜਾਬੀ ਨੂੰ ਬੋਲਣਾ ਸਮਝਣਾ ਸਾਡੇ ਲਈ ਔਖਾ ਕਿਉਂ ਹੋ ਗਿਆ? ਪੰਜਾਬੀ ਨੂੰ ਬੇਗਾਨੀ ਕਿਉਂ ਕਰ ਰਹੇ ਹਾਂ ਅਸੀਂ? ਕੀ ਸਾਡੀਆਂ ਮਜਬੂਰੀਆਂ ਨੇ, ਜਾਂ ਸਾਨੂੰ ਐਂ ਲੱਗਦਾ ਹੈ ਕਿ ਪੰਜਾਬੀ ਦਾ ਘੇਰਾ ਛੋਟਾ ਹੈ, ਬਾਕੀ ਭਾਸ਼ਾਵਾਂ ਦਾ ਘੇਰਾ ਵੱਡਾ ਹੈ, ਬੱਚਿਆਂ ਦੇ ਭਵਿੱਖ ਬਾਰੇ ਸੋਚ ਕੇ ਦੂਜੀਆਂ ਭਾਸ਼ਾਵਾਂ ਨੂੰ ਅਪਣਾ ਰਹੇ ਹਾਂ? ਤਾਂ ਇਹ ਇੱਕ ਚਿੰਤਾ ਦਾ ਵਿਸ਼ਾ। ਹੁਣ ਅਸੀਂ ਗੱਲ ਕਰਨੀ ਹੈ ਕਿ ਜਿੱਥੇ ਸਾਡੇ ਬੱਚੇ ਪੜ੍ਹ ਰਹੇ ਆ ਕਾਲਜਾਂ ਦੇ ਵਿੱਚ, ਯੂਨੀਵਰਸਿਟੀ ਦੇ ਵਿੱਚ, ਉੱਥੇ ਕਿਸ ਤਰ੍ਹਾਂ ਦੇ ਨਾਲ ਪੰਜਾਬੀ ਨੂੰ ਸਮਝਿਆ ਜਾਂਦਾ ਹੈ ਔਰ ਪੰਜਾਬੀ ਨੂੰ ਲਾਗੂ ਕਿਵੇਂ ਕੀਤਾ ਜਾਂਦਾ? ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਯਾਨੀ UGC ਨੇ ਸਾਲ 2023 ਦੇ ਅਪ੍ਰੈਲ ਦੇ ਵਿੱਚ ਇੱਕ ਹੁਕਮ ਜਾਰੀ ਕੀਤੇ ਸਾਰੀਆਂ ਯੂਨੀਵਰਸਿਟੀਆਂ ਨੂੰ ਕਿ ਤੁਸੀਂ ਆਪਣੇ ਬੱਚਿਆਂ ਦੇ ਇਗਜ਼ਾਮ ਉਹਨਾਂ ਦੀ ਰੀਜਨਲ ਲੈਂਗੁਏਜ ਦੇ ਵਿੱਚ ਲਵੋ, ਯਾਨੀ ਜੋ ਉਹਨਾਂ ਦੀ ਮਾਤ ਭਾਸ਼ਾ ਹੈ ਤੁਸੀਂ ਉਹਨੂੰ ਤਵੱਜੋ ਦਿਓ। ਜੇਕਰ ਬੱਚਾ ਚਾਹੁੰਦਾ ਹੈ ਕਿ ਆਪਣੀ ਮਾਤ ਭਾਸ਼ਾ ਦੇ ਵਿੱਚ ਪੇਪਰ ਦੇਣਾ ਤਾਂ ਤੁਸੀਂ ਉਹਨੂੰ ਮਨ੍ਹਾ ਨਹੀਂ ਕਰ ਸਕਦੇ। ਔਰ ਇਹ ਹੁਕਮ ਲਾਗੂ ਕੀਤਿਆਂ ਨੂੰ ਕਰੀਬ ਕਰੀਬ 2.5 ਮਹੀਨੇ ਹੋ ਗਏ, ਅਤੇ ਇਹ ਲਾਗੂ ਹੋ ਸਕਦੇ ਆ ਜਾਂ ਲਾਗੂ ਹੋਣ ਦੇ ਵਿੱਚ ਸਮੱਸਿਆਵਾਂ ਕੀ ਹੋ ਸਕਦੀਆਂ, ਇਹਨਾਂ ਦੀ ਪੋਸੀਬਿਲਿਟੀਜ਼ ਕੀ ਨੇ, ਇਹਨਾਂ ਦੇ ਵਿੱਚ ਫਿਰ ਉਪਲਬਧੀਆਂ ਕਿਸ ਤਰ੍ਹਾਂ ਦੀਆਂ ਰਹਿ ਸਕਦੀਆਂ ਨੇ ਜੇਕਰ UGC ਦੇ ਇਹ ਆਰਡਰ ਹਰ ਇੱਕ ਸੂਬੇ ਦੀ ਯੂਨੀਵਰਸਿਟੀ ਲਾਗੂ ਕਰ ਦਿੰਦੀ ਹੈ? ਤਾਂ ਇਸ ਤਮਾਮ ਵਿਸ਼ੇ 'ਤੇ ਗੱਲਬਾਤ ਕਰਾਂਗੇ। ਮੇਰੇ ਨਾਲ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਦੇ ਵਿਭਾਗ ਦੇ ਰਿਟਾਇਰਡ ਪ੍ਰੋਫੈਸਰ ਸੁਖਦੇਵ ਸਿੰਘ ਸਿਰਸਾ ਸਾਹਿਬ ਨੇ। ਸਿਰਸਾ ਸਾਹਿਬ, ਬਹੁਤ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਚਿੰਤਾ ਦਾ ਵਿਸ਼ਾ ਤਾਂ ਇਹ ਹੈ ਕਿ ਅਸੀਂ ਸਾਡੇ ਸਭ ਦੇ ਸਾਹਮਣੇ ਹੈ
कि पंजाबी नूं असीं खुद बेगानी कर रहे हैं, इहदे विच कोई दो राय है नहीं जी। पर जेकर आपां यूजीसी दे उहनां ऑर्डरां की गल करिए, सब तो पहला यूजीसी ने कहा कि यूनिवर्सिटीज़ अपने बच्चों के जो पेपर है वह उन्होंने रीजनल लैंगुएज के लैन मां भाषा के पेपर लै सकते हैं जेकर बच्चा चाहे जी। हुण गल है कि इनू समझिए किस लहजे नाल जी, कि यूनिवर्सिटीज़ की इनू हूबहू लागू कर ले कर जाएगियां, जां फिर जे करनगियां तां उन्हां दे लई कोई समस्या रह सकती है, जां कोई सौखा काम है कि उन्हां ने ठीक है पंजाबी दीआं यूनिवर्सिटीआं जिहड़ीआं पंजाब दीआं ने उह इनू लागू कर देणगीआं, इहदीआं पॉसिबिलिटीज़ की लगदीआं ने तुहानूं? देखो, एक तां यूजीसी दे इस फैसले का स्वागत करना चाहिदा, क्योंकि ये बहुत जरूरी है कि बच्चे लई प्रगटावे का सब तो वधिया माध्यम उहदी मात भाषा ही हुंदी है जी। और यूजीसी ने ये अपने तौर पर लागू कराने लई नहीं किया, ये असल च जिहड़ी साडी नैशनल एजुकेशन पॉलिसी 2020 है उहदा इक हिस्सा आ, उहदे च ये मद है कि बच्चों की सिक्ख्या का माध्यम उन्हां दी मात भाषा होनी चाहिए और मात भाषावां नूं तवज्जो देनी चाहिए है। सो एक तो ये उस रोशनी च आया वा फैसला आ। दूसरी गल कि इहनूं पंजाब दीआं यूनिवर्सिटीआं लागू करनगीआं, इहनूं आपां दो हिस्सों च वंड के समझांगे। जिहड़ियां यूनिवर्सिटीआं स्टेट कंट्रोल वालीआं यूनिवर्सिटीआं ने, चाहे वह गुरु नानक देव यूनिवर्सिटी आ अमृतसर, चाहे वह पंजाबी यूनिवर्सिटी पटियाला आ, चाहे पंजाब यूनिवर्सिटी चंडीगढ़ आ, जां एग्रीकल्चर यूनिवर्सिटी लुधियाणा आ, ये यूनिवर्सिटीआं इहनूं लागू कर लैणगीआं जां सरकार इन्हां तों लागू करवा लवेगी। पर जिहड़ीआं प्राइवेट यूनिवर्सिटीआं ने उह बिल्कुल इस नूं लागू नहीं करनगीआं। उहदा कारण की आ कि इक तां बहुतीआं प्राइवेट यूनिवर्सिटीआं सिक्ख्या नूं केवल मुनाफे दे तौर पर वरत रही ने, उन्हां लई एजुकेशन एक नॉलेज इंडस्ट्री आ जिथों उन्होंने पैसे कमाने। दूसरा आ कि वह यूनिवर्सिटीआं दे विच पंजाब दे बच्चे घट जांदे आ, ये भरमा के बाहरले बच्चों लियाउंदे आ बहुत सारे, जिवें तुसीं देखो पंजाब दे बिल्कुल पंजाब यूनिवर्सिटी चंडीगढ़ के बिल्कुल मुढ़ च घड़ूआं दे विच जिहड़ी यूनिवर्सिटी बनी आ उहदा नां ही इन्हां ने चंडीगढ़ यूनिवर्सिटी रखता। बहुत सारे लोग पंजाब यूनिवर्सिटी चंडीगढ़ के भुलेखे च उत्थे आ के दाखला लैंदे आ ते उस दी लुट दा शिकार बनते हैं। सो एक तो जिहड़ियां ये बहुत यूनिवर्सिटीआं ने ये प्राइवेट व्यक्तियों दीआं, आपां कह सकते हैं कि यह निजी जायदादां नूं लोकां दीआं, इन्हां ने इहनूं लागू नहीं करना। वैसे पंजाब दे विच पहलां ही ये प्रोविजन मौजूद है, पंजाब दीआं सारीआं यूनिवर्सिटीआं च ये प्रोविजन पहलां ही सी कि बच्चा अपनी प्रीख्या अपनी माँ बोली च दे सकदा आ जां दिंदा आ, असीं अपनी माँ बोली च ही प्रीख्या दिंदे आए हाँ। सो पंजाब दे विच जिहड़ियां सरकारी यूनिवर्सिटीआं आ उह इहनूं लागू कर देणगीआं, और वह भी तां लागू करनगीआं जे लोकां दा दबाव रहेगा इहदे ते, सरकार दा भी दबाव चाहीदा। जे सरकार दा भी दबाव रहेगा ते लोकां दा भी दबाव, सरकारां दा इह एजेंडा नहीं है, सरकारां कोल इन्ना समय ही नहीं है। सरकारां ने सिक्ख्या नूं ते पब्लिक हैल्थ दी सरकारां दी कोई तरजीह नहीं, सरकारां होर कम्मां च लग्गियां ने। मैं जो होर शब्द वरत रहा तां अनवर्टल कौमियां च वरत रहा, इहनूं समझण वाले समझ जाणगे। सरकारां दा मुद्दा यह है ही नहीं, भाषा सिक्ख्या पब्लिक हैल्थ सभ्याचार ये सरकारां दे एजेंडे ते नहीं, क्योंकि ये कमाई वाले विषय ने, सरकारां नूं तां कमाई वाले विषय चाहिए आ। सो मैं ये कहना कि जे लोकां दा दबाव रहेगा फिर सरकार भी जागेगी थोड़ा बहुत, जे लोकां दा दबाव नहीं होएगा तो सरकार इहदे वल तवज्जो नहीं देगी। पर वड्डी जिहड़ी तुसीं समस्या वल संकेत किया, वड्डा हैगा कि पंजाबी मध वर्ग नूं एक उहनां दे मनां च भ्रांति पैदा कर दित्ती गई। असीं हुण इस समझा लिया लोकां नूं जां लोकां नूं इह समझा दित्ता, हालांकि गलत आ उह गल कि जे बच्चा अंग्रेजी पढ़ेगा तां उहदे नाल रुजगार दीआं संभावनावां ज़्यादा ने। और इत्थों तक कि पंजाब दे साबका सिक्ख्या मंत्री सरदार तोता सिंह होणा ने उस लक्ष्मण सिंह गिल दे पिंड तों पंजाबी च अंग्रेजी की पढ़ाई कराउण दी मुहिम शुरू की, जिस लक्ष्मण सिंह गिल ने 1967 च पंजाब राज भाषा एक्ट बनाया सी, और उन्होंने बहुत समझाने की कोशिश की, मिल के भी गल्लां कीतियां, डॉक्टर जौहल भी मिले, असी भी मिले, पर उन्होंने मन च एक गल दस चुकी सी कि अंग्रेजी नाल बच्चे नूं बाहर सौख मिलेगी, बच्चे नूं रुजगार मिल जाएगा। जदों कि तथ्य यह आ कि अंग्रेजी संसार की भाषा नहीं, अंग्रेजी ग्लोब के एक वड्डे हिस्से की भाषा है,
केवल 8% लोग ने जिहड़े अंग्रेजी बोलते हैं जां समझदे ने। दुनिया की 92% आबादी बिना अंग्रेजी तो अपना काम चलाउंदी आ। स्पैनिश आ, चाइनीज़ आ, रशियन आ, जर्मन आ, जापानी आ, ये सारे वो मुल्क ने जिन्हां ने अपना सिक्ख्या का तंत्र डिवेलप किया आ ते बच्चे उहदी मात भाषा विच ही पढ़ाउंदे आ। सो ये कहना कि अंग्रेजी रुजगार की भाषा आ तो बाजार की भाषा आ, अंग्रेजी केवल 8% लोगों की भाषा आ। हिंदुस्तान के हवाले गल करनी हो साडी मिडल क्लास ने यह गल मन ली। बार बार केंद्रीय पंजाबी लेखक सभा, पंजाब दीआं साहित अकैडमियां, पंजाब दे बुद्धिजीवियों ने बार बार ये गल समझाई आ कि दुनिया भर के सिक्ख्या शास्त्री, दुनिया भर के भाषा विज्ञानी ये गल कह रहे ने कि बच्चे की मुढ़ली सिक्ख्या प्रायमरी एजुकेशन उहदी मात भाषा विच ही होनी चाहिए आ। असीं बच्चों नूं रट्टू तोते बना रहे हैं, असीं पहली जमात तो अंग्रेजी शुरू कर रहे हैं। पंजाब गौरमेंट ने की आ, अकाली गौरमेंट ने की आ, मतलब पंजाब की विरासत कस्टोडियन होने की हामी भरन वाली अकाली सरकार ने यह हमाकत की कि पंजाब पहली जमात चो अंग्रेजी पढ़ाई जाए तो नाल किया गया कि बच्चों सैंस तो मैथ प्रायमरी पद्धर से अंग्रेजी पढ़ाया जाए, जिड़ी कि दुनिया भर के विज्ञानियों दिया जे कढ़े सिट्टियां तो बिल्कुल उल्ट सी। साडे बच्चे तो प्रॉपरली पंजाबी नहीं आती, पंजाब के बच्चे तो पंजाबी नहीं पढ़ाई जाती, इस करके ड्रॉप आउट हो जाता है। जदों बच्चों असं अंग्रेजी मैथ पढ़ावे, अंग्रेजी सैंस पढ़ावे तो ड्रॉप आउट रेट होर कि होएगा वो असं कल्पना भी नहीं कर सकते। सो पहली गल तो यह कि साडे मध्य वर्ग के खास तौर पर शहरी मध्य वर्ग के मन च ये गल बसी हुई आ कि हिंदी का बाजार तो अंग्रेजी का बाजार पंजाबी के बाजार नालों वड्डा आ, इस करके उत्थे विकास दीआं ते रुजगार दीआं संभावनावां वध ने। जदों के भविख सानूं यह दस रहा कि टैक्नोलॉजी का विकास होना आ ते जिवें जिवें टैक्नोलॉजी विकसित होएगी तिवें तिवें मनुखी हत्थां नूं वध वेला करेगी ते मनुखां कोलों रुजगार खुसेगा। जिहड़े मुल्कां 'च अंग्रेजी 'च पढ़ा रहे ने उत्थे जदों टैक्नोलॉजी आ गई उत्थे अंग्रेजी पढ़े नूं नौकरी नहीं मिलनी। सवाल तां इह सानूं देखणा पएगा कि जदों टैक्नोलॉजी विकसित होएगी तो उदों असीं ये देखना कि टैक्नोलॉजी किहदे वास्ते आ। टैक्नोलॉजी मनुख वास्ते आ, काम दे घंटे घटाउणे पैणगे तां कि बंदा अपने परिवार च वध समां दे सके। जिहड़ियां बंदियां नूं समस्यावां आ रहियां ने, जिहड़े मनोरोगी हो रहे ने, जिहड़े परिवारां तों दूर हो रहे ने, टैक्नोलॉजी वरतों करके असीं टैक्नोलॉजी की वरतों करके असीं करिए तां इह कि काम दे घंटे घटाइए, बंदे दे उत्ते मानसिक दबाव घटाइए, बंदा अपने परिवार नूं वध समां दे सके। और परिवारां दे विच रहिंदा होया बंदा ते दफ्तरां च रहिंदे होए बंदे च ते जंगल च रहिंदे होए बंदे च बहुत अंतर हुंदा आ। सो पहली गल तां इह समझण वाली आ कि जिथे जिथे जिहड़े पछम दे विकसित मुल्क ने अज उत्थे वी रुजगार दीआं समस्यावां ने, उत्थे जे अंग्रेजी लोक जाणदे आ ते उत्थे रुजगार दे मसले हल क्यों ना हो गए, अमेरिका च बेरुजगारी क्यों आ। सो देखण वाली गल इह आ कि अंग्रेजी साडे मसलियां दा हल नहीं। दुनिया भर दे विज्ञानी इह कहिंदे ने कि किसी खित्ते दा लगातार विकास, टिकाऊ विकास तां ही हो सकता है जे उस खित्ते दी भाषा नूं ज्ञान ते विज्ञान दी ते रुजगार ते बाजार दी भाषा बना देंगे। पर इहनूं इहनूं समझिया किवें जाएगा, क्योंकि ये गंभीर समस्या है। क्योंकि अज आपां इस गल ते चर्चा तां कर रहे हां जी, बहुत सारे जिहड़े खास तौर ते भाषा नूं समझण वाले लोक ने जां फिर कॉलेज यूनिवर्सिटी समझण वाले विद्यार्थी आ साडी गल्लबात सुण रहे होणगे जी जी, वह तो इस गल नूं समझ रहे होणगे जी जी, पर वो इस गल नूं अमली रूप किवें देण जी। ये मजबूरी है, ये मापिआं दे दी वी मजबूरी है, बच्चों की खुद की मजबूरी है जी जी, कि उन्हां दे अज तां उन्हां नूं विशाल बाजार लगता ही है ना हिंदी ते अंग्रेजी। हुण इहनूं जानी सरकार की इनवॉल्वमेंट मन के चलीए कि सरकार की इनवॉल्वमेंट इस वधनी चाहीदी है। ये सरकार उन्हां यूनिवर्सिटीज़ नूं उन्हां दी मजबूरी बनाउण कि जेकर तुसीं ये नहीं करदे तां फिर तुहाडे नाल ये हो सकदा। दो गल्लां, जे लोग सचेत होणगे, सरकारां दे उत्ते दबाव पाउणगे तां भाषा, सभ्याचार, सिक्ख्या, ईवन मैडिकल हैल्थ, ये सारियां गल्लां फिर सरकार दे एजेंडे ते आउणगियां जे लोग दबाव बनाउणगे। लोग दबाव उदों बनाउणगे जदों लोग इस गल्लों सचेत हो जाणगे कि किसी भी खित्ते दा विकास उस खित्ते दी अपनी भाषा च बच्चों नूं मुढ़ली सिक्ख्या दे के ते अगले पड़ा ते बच्चों मल्टीलिंगुअल एजुकेशन दे के। जदों मैं मल्टीलिंगुअल एजुकेशन कह रहा तो मैं बहुत सोच समझ के कह रहा, होया कि हिंदुस्तान के
संविधान घाड़िया ने हिंदुस्तान आज़ाद कराने वाले ने साडे वड्डे वडेरिया ने यह फिक्रमंदी 1928 जाहिर की जो कांग्रेस का लाहौर अधिवेशन होया। कांग्रेस के लाहौर सैशन के पंडित मोती लाल नहरू ने एक रेजुलेशन लैके आंदा कि जो देश आज़ाद होएगा तो सूबे की वंड भाषाई आधार पर होएगी तो हिंदुस्तान का सारा प्रशासन का काम तो सिक्ख्या का काम उस खिते की भाषा च होएगा। यह गल 1928 कही पंडित मोती लाल नहरू ने कांग्रेस ने प्रवान की। 1930 महात्मा गांधी हिंद स्वराज नाँ की अपनी किताब का दूजा एडिशन तैयार करते हैं और महात्मा गांधी ये कहते हैं कि अंग्रेजी भारतीय भाषावां ही नुकसान नहीं पहुँचाएगी, अंग्रेजी साढ़े हिंदुस्तान के विकास को भी नुकसान पहुँचाएगी, इस करके सानू अपनी स्थानक भाषावां आज़ादी तो बाद विकसित करना पड़ेगा। 1944 के हिंदुस्तान के बहुत बड़े भाषा विज्ञानी सुनीति कुमार चैटर्जी ने यह गल कही कि जे तुसी हिंदुस्तान के आदिवासियों दीआं ते जनजातियों दीआं भाषावां विकसित ना किया तो हिंदुस्तान का विकास अधूरा रहेगा। 1949 जदों संविधान लागू किया गया, संविधान लागू करने वाले दिन डॉक्टर बी आर अंबेडकर ने जिहड़ी चेतावनी दित्ती वो बहुत ही गंभीर सी। उन्होंने कहा कि अज तो बाद असी एक बहुत मुश्किल दौर में एंटर कर रहे हैं क्योंकि देश आज़ाद हो गया तो संविधान लागू होना है। साडे देश में अनेक भाषावां अनेक सभ्याचार ते अनेक अकीदियां वाले लोग रह रहे हैं, जे इन्हां कट्ठा रखना है तो हर खिते की भाषा तो उन्हां दे सभ्याचार नूं सत्कार देना पड़ेगा, अदरवाइज असीं बहुत मुश्किल दौर चों गुजरांगे। तो नाल ही उन्हें कहा कि अंग्रेजी नूं 10 साल तो वध समय लई बर्दाश्त नहीं किया जा सकता, 10 सालों लई सेंट्रल गौरमेंट के जिहड़े रेगूलेशन होणगे अधिवेशन होणगे अधीनिज्म होणगे वो 10 साल ही अंग्रेजी हिंदी चलणगे, पर 10 साल तो बाद अंग्रेजी तो खेड़ा छड़ा लिया जाएगा। बाद में इन्होंने टर्म बढ़ा के 15 साल की कर दी थी, अज तक चली आ रही है। सो ये देखने वाली गल ये आ कि ये तो साढ़े देश के सियाने राजनीतिक सोच रहे थे, दुनिया भर के विज्ञानी की कह रहे हैं, दुनिया के 30 बड़े भाषा विज्ञानियों एक टास्क दिता गया यूनेस्को वालों कि तुसी देखो ये स्टडी करो कि सिक्ख्या का माध्यम की होवे। उन्हें दुनिया के 30 बड़े भाषा विज्ञानियों ने 10 देशों का स्टडी की, 9 देश वो सी जिथे सिक्ख्या का माध्यम उन्होंने मातृभाषावां सी, एक देश वो सी कलोनी सी पुरानी किसी देश की कि जिथे सिक्ख्या का माध्यम मातृभाषा नहीं विदेशी भाषा सी। उन्होंने ये गल कही कि जिथे बच्चे प्रायमरी एजुकेशन वो मातृभाषा दी जाती है उन्होंने बच्चों साइंस तो मैथ भी बेहतर आता है तो उन्होंने बच्चों विदेशी भाषा भी बेहतर आती है। विदेशी भाषा भी सीखने वास्ते पहला अपनी भाषा च महारत होनी चाहिए आ, यू मादियाना रिपोर्ट कहने असं यूनेस्को की रिपोर्ट आ। उस तो अगे आ जाओ 1990-91 के नेड़े तेड़े डॉक्टर मनमोहन सिंह जो उदारवादी बाजार नीतियां लागू करते हैं, जो कारपोरेट सैक्टर नीतियां लागू करते हैं तो उदो नॉलेज कमीशन बनता, तो नॉलेज कमीशन इस गल पर जोर दिता कि हिंदुस्तान च अंग्रेजी नूं पढ़ाउण दा पद्धर उच्चा चुकना चाहिए। इस गल के विरोध में भाषा विज्ञानी उठे तो मसूर का सेंट्रल इंस्टीट्यूट ऑफ मॉडर्न इंडियन लैंगुएजेस वड्डी संस्था आ मसूर दे विच जिहदा नाम हैगा CIIL सेंट्रल इंस्टीट्यूट ऑफ इंडियन लैंगुएजेस, इन्हें एक वर्कशॉप की 2005 उस ने इस गल पर फिक्रमंदी जाहिर की कि हिंदुस्तान के 5% लोगों को अंग्रेजी आती है, जे सूचनावां अंग्रेजी में ही दित्तियां जाणगियां तो 95% लोग तो सूचनावां तो वांझे हो जाएंगे, ये सूचना क्रांति किहड़े काम। तो नाल उन्होंने ये कहा कि आदिवासी जिन्हां कोले अजे जिन्हां नूं असीं हिंदुस्तान दीआं भाषावां ही नहीं सिखाईआं जिहड़े अपनी भाषा बोलदे आ उन्हां दा विकास किवें होएगा, तो उत्थे फैसला किया गया कि आदिवासियों नूं हिंदुस्तान के विकास में शामिल करन दे लई ये जरूरी है कि आदिवासी भाषावां भी पढ़ाईआं जाण, आदिवासियों दीआं भाषावां भी पढ़ाईआं जाण। ते नाल ये भी फैसला होया कि उन्हां दे बच्चों नूं आदिवासियों दीआं भाषावां राहीं भारतीय भाषावां पढ़ाईआं जाण ते हौली हौली उन्हां नूं मल्टी लिंगुअल एजुकेशन सिस्टम च पाया जाए। यह तजर्बा भी बहुता कामयाब नहीं सी होया क्योंकि सरकारां दी बदनीति सी। फिर एक होर संस्था आ बहुत वड्डी
जी उत्तर जी महाराष्ट्र उड़ीसा दे संस्था का नाम है किस के आई डबल एस कलिंगा इंस्टीट्यूट ऑफ सोशल सैंसिस। मैं रिपीट कर दिना कलिंगा इंस्टीट्यूट ऑफ सोशल सैंसिस। ये दुनिया का वो वड्डा अदारा आ जिहड़ा एन जी ओ आ दुनिया का सब तो वड्डा रेजिडेंशियल अदारा आ जिथे बच्चों घरों चुक लिया जाता आ उत्थे रिहायश दी जाती है तो उस बच्चे जो पढ़ना चाहे पी एच डी तक वो मात भाषा च पढ़ाने का प्रबंध किया गया। और इन्होंने ये नतीजा कढ़िया कि बच्चे दे स्कूल की भाषा तो बच्चे दी घर की भाषा होर हुंदी आ इस करके बच्चे का स्कूल च आके दिल नहीं लगता बच्चा स्कूल च आउण तो रोंदा आ घबराउंदा आ। जे बच्चे दी घर की भाषा तो स्कूल की भाषा एक होएगी तो बच्चे नूं स्कूल च आउण तो डर नहीं लगेगा। तो उन्होंने कहा कि जिहड़े क्योंकि उड़ीसा वो सूबा आ कि जिथे 62 जनजातियां ने सब तो वध जनजातियां उड़ीसा दे विच ने 62 जनजातियां ने तो 76 भाषावां बोलदे आ। उन्होंने तजर्बा किया कि बच्चे नूं पहला उहदी मां बोली च सिख्या दिओ तां कि स्कूल की भाषा हिंदी ना होवे जां सांझे हिंदुस्तान की भाषा ना होवे स्कूल की भाषा उही होवे जिहड़ी बच्चे दे परिवार की भाषा आ बच्चे की माँ की बोली आ। फिर उन्होंने कहा कि बच्चे हौली हौली दूजियां भाषावां पढ़ाउणियां शुरू करो तो दूजियां भाषावां दे नाल नाल उन्होंने अंतरराष्ट्रीय भाषावां भी पढ़ाओ ताकि बच्चा अंतरराष्ट्रीय बाजार च भी जाके काम कर सके। उन्होंने इन्हूं नाम दिता मदर टंग बेस्ड मल्टीलिंगुअल एजुकेशन कि मदर टंग ते बेस्ड होवे पहली पढ़ाई मदर टंग मात भाषा च कराई जाए और उदू बाद मल्टीलिंगुअल सिस्टम च बच्चे पढ़ाया जाए ताकि वह मात भाषा दे नाल कौमी भाषा राष्ट्रीय भाषा सीख सके तो राष्ट्रीय भाषा के नाल नाल वो अंतरराष्ट्रीय बाजार की ग्लोब की भाषा भी सीख सके। और यह तजर्बा बड़ा कामयाब होया। एक होर मैं उदाहरण देना चाहता पिछले दिनों पंजाबी यूनिवर्सिटी पटियाला की एक कंट्रोवर्सी उठी उस मैं एक उदाहरण दिती सी कि पंजाबी यूनिवर्सिटी पटियाला अज के टीचर कह रहे हैं भी असीं साइंस पंजाबी नहीं पढ़ा सकते पर पंजाबी यूनिवर्सिटी पटियाला दे विच डॉक्टर चरणजीत सिंह नाभा ने अपना कैमिस्ट्री का थीसिस पंजाबी भाषा च लिखिया और पास होया। और पंजाबी यूनिवर्सिटी भाषा पंजाबी यूनिवर्सिटी पटियाला के जिहड़े विज्ञानी सी डॉक्टर सदीप सिंह ढिल्लों होनी जां मलकीत सिंह सैनी होनी जां उत्थों दे कुछ होर विद्वान सिंह सोनी होनी कुलदीप सिंह धीर होनी ये सारे विद्वान साइंस बारे पंजाबी च लिखते सी पंजाबी च पढ़ाते सी अपने विद्यार्थियों नूं। और अज भी पंजाबी यूनिवर्सिटी पटियाला का जिहड़ा वाइस चांसलर आ वो वैसे तो साइंस का अध्यापक आ पर वह पंजाबी ट्रिब्यून च लगातार लेख लिखता और मनुखी सभ्यता के विकास बारे मनुखी सभ्यतावान बारे लिख रहा वो मनुख के जन्म बारे लिख रहा जनैटिक्स बारे लेख लिख रहा कि मनुख का दिमाग हौली हौली छोटा क्यों होंदा जाएगा हथ बड़े क्यों होंदे जाएंगे इस किस्म के लेख लिख रहे हैं अच्छ। सो कहने का मतलब यह कि जो सरकारां चाहणगियां दुनिया भर के विज्ञानियों ने यह सिद्ध कर दिता आ कि बच्चे की मुढ़ली एजुकेशन प्रायमरी एजुकेशन उसकी मदर टंग च होएगी मदर टंग तो बाद दूजियां भाषावां सीखेगा जे मदर टंग बेहतर आउंदी होएगी मात भाषा बेहतर आउंदी होएगी तो उन्हूं कौमी भाषावां ते विदेशी भाषावां भी बेहतर आउंदियां होणगियां आ सक जाएगा जी। ये बड़ियां गंभीर गल्लां सी जे कोई ध्यान नाल सुनेगा तो उहदा दिमाग एकदम चौंक जांदा है अपने परिवार दे विच ध्यान जांदा जिवें मेरा भी तुहाडियां गल्लां सुन के अपने परिवार च ध्यान गया कि मेरे बच्चे की पढ़ रहे होणगे तो मेरे घर दे विच माहौल किस तरह दा होणा। मेरा ख्याल है ये चीज़ां बारे गंभीर होना सब दा लाजमी है पर इत्थे आपां वापस उत्थी आउने आ कि UGC दे इस फैसले नूं लागू करन दे लई सब तो पहला तुसीं कहा कि लोकां दा सुचेत होना बड़ा लाजमी है जे लोक सुचेत होणगे सरकार नूं भी गल सवाल कर सकणगे इस मामले ते अपने बच्चियां नूं भी पुछ सकणगे तुहाडे कॉलेज यूनिवर्सिटी च की हो रहा फिर कॉलेज यूनिवर्सिटी नूं भी सवाल कर सकणगे पर लोकां ते आपां यकीन किड्डा कर सकदे आ। पिछे जे मुख्यमंत्री साहब ने कहा कि जदों साडी मात भाषा दिवस है तो तुसीं सारे बोर्ड ने जिहड़े पंजाबी च कर लो असीं तां उह वी नहीं कीते जी साडे लोकां ने तां उह वी नहीं मन्निया ते साडे लोक इन्हां गल्लां नूं किवें समझ सकदे देखो असीं तां पछड़ गए बहुत ज़्यादा। मैं लोकां नूं कसूरवार इस करके नहीं समझदा कि लोकां दे विच मजोरिटी उन्हां उस आबादी दी हुंदी आ जिहड़े बहुते पढ़े लिखे नहीं हुंदे बहुते इन्हां मसलियां बारे सचेत नहीं हुंदे वो रोजी रोटी के मामलों इन्ने उलझे हुए होंगे आ कि उन्होंने परिवार की रोजी रोटी मुहैया करवानी ही बहुत वड्डा मसला हुंदा आ। एक मजदूर
ਜਿਹੜਾ ਰਿਕਸ਼ਾ ਵਾਹੁੰਦਾ ਆ, ਇੱਕ ਮਜ਼ਦੂਰ ਜਿਹੜਾ ਕਹੀ ਚਲਾ ਕੇ ਥੱਕਿਆ ਹਾਰਿਆ ਆਉਂਦਾ ਆ, ਜੇ ਅਸੀਂ ਉਹ ਤੋਂ ਉਮੀਦ ਕਰੀਏ ਵੀ ਉਹ ਆਪਣੇ ਬੱਚਿਆਂ ਦਾ ਹੋਮਵਰਕ 'ਚ ਕਰੂਗਾ ਕਿ ਜਾਂ ਆਪਣੇ ਬੱਚਿਆਂ ਨੂੰ ਪੜ੍ਹਾਊਗਾ, ਜਾਂ ਉਹ ਮਜ਼ਦੂਰ ਲਿਟਰੇਚਰ ਪੜ੍ਹੂਗਾ, ਜਾਂ ਉਹ ਸਮਾਜ ਦੀ ਤੋਰ ਨੂੰ ਸਮਝਣ ਦੀ ਕੋਸ਼ਿਸ਼ ਕਰੇਗਾ। ਹਿੰਦੁਸਤਾਨ ਦਾ ਜਿਹੜੀ ਵਰਕਿੰਗ ਕਲਾਸ ਆ, ਜਿਹੜਾ ਹਿੰਦੁਸਤਾਨ ਦਾ ਬਹੁਤ ਵੱਡਾ ਹਿੱਸਾ ਆ, ਉਹ ਤਾਂ ਰੋਜ਼ੀ ਰੋਟੀ ਦੇ ਮਾਮਲਿਆਂ 'ਚ ਇੰਨੀ ਵਿਚਾਰੀ ਉਲਝੀ ਹੋਈ ਆ ਕਿ ਉਹਨਾਂ ਲਈ ਤਾਂ ਦੋ ਡੰਗ ਦੀ ਰੋਟੀ ਤੋਂ ਅੱਗੇ ਸੋਚਣ ਦਾ ਕੋਈ ਮਸਲਾ ਨਹੀਂ। ਅੱਗੇ ਆ ਗਿਆ ਮਿਡਲ ਕਲਾਸ। ਸਾਡੀ ਜਿਹੜੀ ਮਿਡਲ ਕਲਾਸ ਆ, ਉਹਦੇ ਮਨਾਂ 'ਚ ਇੱਕ ਜਿਹੜੀ ਭ੍ਰਾਂਤੀ ਪਾ ਦਿੱਤੀ ਗਈ ਔਰ ਪੱਕੀ ਕਰ ਦਿੱਤੀ ਗਈ ਕਿ ਅੰਗਰੇਜ਼ੀ ਹੀ ਗਿਆਨ ਦੀ ਭਾਸ਼ਾ ਆ, ਜਾਂ ਇਹ ਕਹਿ ਲਓ ਕਿ ਹਿੰਦੀ ਸਾਨੂੰ ਵੱਡੇ ਗਿਆਨ ਦੀ ਭਾਸ਼ਾ ਆ, ਹਿੰਦੀ ਵੱਡੇ ਬਾਜ਼ਾਰ ਦੀ ਭਾਸ਼ਾ ਹੈ, ਵੱਧ ਰੁਜ਼ਗਾਰ ਦੀ ਭਾਸ਼ਾ ਹੈ, ਹਿੰਦੀ ਵੱਧ ਗਿਆਨ ਦੀ ਭਾਸ਼ਾ ਹੈ, ਜਾਂ ਅੰਗਰੇਜ਼ੀ ਹੀ ਗਿਆਨ ਦੀ ਭਾਸ਼ਾ ਹੈ। ਇਹ ਸਾਡੇ ਮੱਧ ਵਰਗ ਦੇ ਮਨਾਂ 'ਚ ਜਿਹੜੀਆਂ ਗੱਲਾਂ ਪਾਈਆਂ ਨੇ, ਇਹਨਾਂ ਨੂੰ ਕੱਢਣ ਵਾਸਤੇ ਮੈਂ ਸਮਝਦਾ ਕਿ ਲੇਖਕਾਂ ਕਲਾਕਾਰਾਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਅਤੇ ਨਾਲ ਦੀ ਨਾਲ ਮੈਂ ਸਮਝਦਾ ਕਿ ਤੀਜੀ ਗੱਲ ਹੈਗੀ ਸਰਕਾਰ ਦਾ ਡੰਡਾ। ਡੰਡੇ ਬਿਨਾਂ ਵੀ ਨਹੀਂ ਕੁਝ ਗੱਲਾਂ ਬਣਾਈਆਂ ਜਾ ਸਕਦੀਆਂ ਹੁੰਦੀਆਂ। ਸੰਵਿਧਾਨਕ ਤੌਰ 'ਤੇ ਸਾਡਾ ਸੰਵਿਧਾਨ, ਸਾਡੇ ਸੰਵਿਧਾਨ ਦੇ ਆਰਟੀਕਲ 343 ਤੋਂ ਲੈ ਕੇ 350 ਤੱਕ ਸਾਰੇ ਮਾਤ ਭਾਸ਼ਾਵਾਂ ਬਾਰੇ, ਭਾਸ਼ਾਵਾਂ ਬਾਰੇ, ਸੱਭਿਆਚਾਰ ਕਲਚਰ ਬਾਰੇ ਆ। ਸਾਡਾ ਸੰਵਿਧਾਨ ਇਹ ਹੱਕ ਦਿੰਦਾ ਸਾਨੂੰ ਕਿ ਹਰ ਸੂਬਾ ਆਪਣੀ ਭਾਸ਼ਾ ਵਿੱਚ ਸਾਰਾ ਪ੍ਰਸ਼ਾਸਨ ਕਰੇ, ਆਪਣੀ ਭਾਸ਼ਾ ਵਿੱਚ ਹੀ ਉਹ ਸਾਰੀ ਸਿੱਖਿਆ ਦੇਵੇ। ਔਰ ਨਾਲ ਇੱਥੋਂ ਤੱਕ ਵੀ ਅਸੀਂ ਕਿਹਾ ਗਿਆ, ਇੱਥੋਂ ਤੱਕ ਸਾਡੀ ਸਰਕਾਰ ਨੇ ਕਿਹਾ ਗਿਆ ਸੀਗਾ, ਸੰਵਿਧਾਨ 'ਚ ਸਾਡੇ ਦਰਜ ਸੀ ਕਿ ਸਥਾਨਕ ਕੋਰਟਾਂ ਦੀ ਭਾਸ਼ਾ, ਸਥਾਨਕ ਕਚਹਿਰੀਆਂ ਦੀ ਭਾਸ਼ਾ ਵੀ ਲੋਕਾਂ ਦੀ ਭਾਸ਼ਾ ਹੋਏਗੀ, ਲੋਕਾਂ ਦੀ ਭਾਸ਼ਾ ਵਿੱਚ ਹੀ ਲੋਕਾਂ ਨੂੰ ਨਿਆਂ ਮਿਲੇਗਾ। ਪਰ ਸਵਾਲ ਆ ਕਿ ਜੇ ਸਰਕਾਰ ਚਾਹੇ ਤਾਂ, ਮੈਂ ਉਹਦੀ ਇੱਕ ਉਦਾਹਰਣ ਦੇ ਸਕਦਾ, ਇੱਥੇ ਮੁਗਲ ਆਏ, ਮੁਗਲਾਂ ਨੇ ਫਾਰਸੀ ਲਾਗੂ ਕਰਤੀ, ਅਸੀਂ ਫਾਰਸੀ ਸਿੱਖੀ, ਪ੍ਰਸ਼ਾਸਨ ਦਾ ਸਾਰਾ ਕੰਮ ਫਾਰਸੀ 'ਚ ਹੁੰਦਾ ਸੀ, ਫਾਰਸੀ ਸਾਡੀ ਭਾਸ਼ਾ ਨਹੀਂ ਸੀ, ਅਸੀਂ ਫਾਰਸੀ ਸਿੱਖੀ, ਫਾਰਸੀ ਦਾ ਗੁਜ਼ਾਰਾ ਕੀਤਾ। ਫਿਰ ਅੰਗਰੇਜ਼ ਆਏ, ਅੰਗਰੇਜ਼ਾਂ ਨੇ ਸਿੱਖਿਆ ਦਾ ਮਾਧਿਅਮ ਅਤੇ ਪ੍ਰਸ਼ਾਸਨ ਦਾ ਮਾਧਿਅਮ ਅੰਗਰੇਜ਼ੀ ਕਰਤਾ, ਫਿਰ ਅਸੀਂ ਅੰਗਰੇਜ਼ੀ ਸਿੱਖੀ। ਜੇ ਅਸੀਂ ਬਗਾਨੀਆਂ ਭਾਸ਼ਾਵਾਂ ਸਿੱਖ ਕੇ ਕੰਮ ਚਲਾ ਸਕਦੇ ਹਾਂ, ਜਿਹੜੀ ਸਾਡੀ ਆਪਦੀ ਭਾਸ਼ਾ ਆ, ਜਿਹੜੀ ਅਸੀਂ ਇਨਹੈਰੈਂਟ ਕੀਤੀ ਆ, ਜਿਹੜੀ ਮਾਂ ਦੇ ਦੁੱਧ ਦੀ ਤਸੀਰ 'ਚੋਂ ਸਾਡੇ ਨਾਲ ਆ ਗਈ ਆ, ਜੇ ਸਾਡੀ ਜਿਹੜੀ ਭਾਸ਼ਾ ਸਾਨੂੰ ਆਉਂਦੀ ਆ, ਅਸੀਂ ਉਹਦੇ 'ਚ ਵਿਗਿਆਨ ਕਿਉਂ ਨਹੀਂ ਪੜ੍ਹਾ ਸਕਦੇ, ਉਹਦੇ 'ਚ ਮੈਥ ਕਿਉਂ ਨਹੀਂ ਪੜ੍ਹਾ ਸਕਦੇ। ਅੱਜ ਵੀ ਸਾਡੇ ਸਕੂਲਾਂ ਕਾਲਜਾਂ 'ਚ ਉਹ ਅਧਿਆਪਕ ਵਧੀਆ ਅੰਗਰੇਜ਼ੀ ਸਿਖਾ ਦਿੰਦੇ ਆ, ਜਿਹੜੇ ਬੱਚਿਆਂ ਨੂੰ ਅੰਗਰੇਜ਼ੀ ਪੰਜਾਬੀ ਮਾਧਿਅਮ ਰਾਹੀਂ ਪੜ੍ਹਾਉਂਦੇ ਆ। ਅਸੀਂ ਜਦੋਂ ਬੱਚੇ ਸੀ, ਸਾਡੇ ਅਧਿਆਪਕਾਂ ਨੇ ਸਾਨੂੰ ਅੰਗਰੇਜ਼ੀ ਪੰਜਾਬੀ ਮਾਧਿਅਮ 'ਚ ਪੜ੍ਹਾਈ ਆ। ਜੇ ਸਾਨੂੰ ਮਾਤ ਭਾਸ਼ਾ ਬਿਹਤਰ ਆਏਗੀ ਤਾਂ ਹੀ ਅੰਗਰੇਜ਼ੀ ਬਿਹਤਰ ਆਏਗੀ। ਸੋ ਇੱਕ ਤਾਂ ਮੈਂ ਕਾਨੂੰਨ ਇਸ ਕਰਕੇ ਕਹਿ ਰਿਹਾ ਕਿ ਸੰਵਿਧਾਨ ਅਤੇ ਕਾਨੂੰਨ ਦਾ ਡੰਡਾ ਬਹੁਤ ਜ਼ਰੂਰੀ ਆ। ਪੰਜਾਬ ਗੌਰਮੈਂਟ ਨੇ ਅਜੇ ਤੱਕ ਸਾਡੇ ਪੰਜਾਬੀ 'ਚ ਨਾ ਕੰਮ ਕਰਨ ਵਾਲੇ ਅਫਸਰਾਂ ਲਈ ਸਜ਼ਾ ਦੀ ਧਾਰਾ ਨਹੀਂ ਜੋੜੀ। 1966 ਦੇ ਵਿੱਚ ਪੰਜਾਬ ਰਾਜ ਭਾਸ਼ਾ ਐਕਟ ਬਣਿਆ, 2008 ਵਿੱਚ ਉਹਨੂੰ ਸੋਧਿਆ ਗਿਆ। ਪੰਜਾਬ ਦੇ ਲੇਖਕਾਂ ਨੇ ਕੇਂਦਰੀ ਪੰਜਾਬੀ ਲੇਖਕ ਸਭਾਵਾਂ ਵੱਲੋਂ, ਦੋਨੇ ਸਭਾਵਾਂ ਵੱਲੋਂ, ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਅਤੇ ਹੋਰ ਕੁਝ ਪੰਜਾਬੀ ਸੰਸਥਾਵਾਂ ਵੱਲੋਂ ਰਲ ਕੇ ਗੌਰਮੈਂਟ ਨੂੰ ਇੱਕ ਆਲਟਰਨੇਟਿਵ ਪੰਜਾਬੀ ਰਾਜ ਭਾਸ਼ਾ ਐਕਟ ਬਣਾ ਕੇ ਦਿੱਤਾ ਗਿਆ। ਮੰਤਰੀ ਉਹਨਾਂ ਦਿਨਾਂ 'ਚ ਬੀਬੀ ਆਪਣੀ ਉਪਿੰਦਰਜੀਤ ਕੌਰ ਸੀ, ਉਹਦੇ ਨਾਲ ਮੁਲਾਕਾਤ ਹੋਈ। ਸਾਡਾ ਬਣਾ ਕੇ ਪੈਰਲਲ ਦੀ ਜਾਂ ਇਹ ਕਹਿ ਲਈਏ ਵੀ ਆਲਟਰਨੇਟਿਵ ਰਾਜ ਭਾਸ਼ਾ ਐਕਟ ਬਣਾ ਕੇ ਦਿੱਤਾ ਗਿਆ, ਉਹਨਾਂ ਨੇ ਪੰਜਾਬ ਦੇ ADGP ਨੂੰ ਭੇਜ ਦਿੱਤਾ, ਐਡਵੋਕੇਟ ਜਨਰਲ ਨੂੰ, ਕਿ ਤੁਸੀਂ ਇਹ 'ਤੇ ਕਾਰਵਾਈ ਕਰੋ। ਐਡਵੋਕੇਟ ਜਨਰਲ ਨੇ ਬਿਮਾਰੀ ਦਾ ਬਹਾਨਾ ਬਣਾ ਕੇ ਨੱਪ ਲਿਆ, ਉਹ 'ਤੇ ਕੋਈ ਗੱਲ ਹੀ ਨਹੀਂ ਹੋਈ। ਸਰਕਾਰਾਂ ਸਾਡੀਆਂ ਇੰਨੀਆਂ ਸੁਚੇਤ ਨੇ, ਬੀਬੀ ਉਪਿੰਦਰਜੀਤ ਕੌਰ ਪੰਜਾਬੀ ਦੀ ਰਾਈਟਰ ਆ, ਪੰਜਾਬੀ ਦੀ ਲੇਖਕ ਆ, ਪੰਜਾਬੀ ਨਾਲ ਹਮਦਰਦੀ ਰੱਖਣ ਵਾਲੀ ਸੀ, ਔਰ ਬੜੀ ਸਖਤੀ ਨਾਲ ਕਿਹਾ ਉਹਨਾਂ ਨੇ ADGP ਨੂੰ ਕਿ ਮੈਂ ਇਹ ਲਾਗੂ ਕਰਾਉਣਾ ਆ, ਪਰ ਨਹੀਂ ਲਾਗੂ ਹੋਇਆ। ਜਿੰਨੀ ਦੇਰ ਤੱਕ ਸਾਡੀ IS ਲੌਬੀ, ਸਾਡੀ ਜਿਹੜੀ ਅਫਸਰਸ਼ਾਹੀ ਆ, ਜਿੰਨੀ ਦੇਰ ਤੱਕ ਇਹਨੂੰ ਸਜ਼ਾ ਨਹੀਂ ਦਿੱਤੀ ਜਾਏਗੀ ਪੰਜਾਬੀ 'ਚ ਨਾ ਕੰਮ ਕਰਨ ਦੀ। ਔਰ ਇੱਥੋਂ ਤੱਕ ਕਿ ਪੰਜਾਬ ਦੇ ਅਫਸਰ ਤਾਂ ਉਹ ਚਿੱਠੀ ਵੀ ਅੰਗਰੇਜ਼ੀ 'ਚ ਕੱਢਦੇ ਆ ਜਿਹਦੇ 'ਚ ਇਹ ਲਿਖਿਆ ਹੁੰਦਾ ਆ ਕਿ ਪੰਜਾਬੀ 'ਚ ਨਾ ਕੰਮ ਕਰਨ ਵਾਲੇ ਨੂੰ ਸਜ਼ਾ ਦਿੱਤੀ ਜਾਏਗੀ। ਇੱਦੂ ਵੱਡਾ ਤਮਾਸ਼ਾ ਕੀ ਹੋਏਗਾ? ਉਹ ਚਿੱਠੀ ਅੰਗਰੇਜ਼ੀ ਭਾਸ਼ਾ 'ਚ ਆਈ ਆ ਜਿਹਦੇ 'ਚ ਇਹ ਲਿਖਿਆ ਗਿਆ ਕਿ ਪੰਜਾਬੀ 'ਚ ਨਾ ਕੰਮ ਕਰਨ ਵਾਲੇ ਅਫਸਰਾਂ ਨੂੰ ਸਜ਼ਾ ਦਿੱਤੀ ਜਾਏਗੀ, ਔਰ ਆਪ ਅੰਗਰੇਜ਼ੀ ਚਿੱਠੀ ਕੱਢ ਰਹੇ ਹੋ। ਸੋ ਮੇਰਾ ਕਹਿਣ ਦਾ ਮਤਲਬ ਸੀ ਕਿ ਜਿਹੜੇ ਸੂਬੇ ਸੁਚੇਤ ਨੇ, ਜਿਵੇਂ ਬੰਗਾਲੀ ਨੇ ਭਾਸ਼ਾ ਬਾਰੇ ਬਹੁਤ ਸੁਚੇਤ ਨੇ, ਸਾਊਥ ਦੀਆਂ ਭਾਸ਼ਾਵਾਂ ਵਾਲੇ ਲੋਕ ਬਹੁਤ ਸੁਚੇਤ ਨੇ, ਉੱਥੇ ਕਿਉਂ ਨਹੀਂ ਲਾਗੂ ਹੁੰਦੀਆਂ ਅੰਗਰੇਜ਼ੀ? ਸਾਡੀ ਕਿਉਂ ਲਾਗੂ ਹੁੰਦੀ ਹੈ? ਬਿਮਾਰੀ ਪੰਜਾਬ ਨੂੰ ਹੀ ਆ। ਤੁਸੀਂ ਜਾ ਕੇ ਦੇਖੋ ਸਾਊਥ ਵਿੱਚ, ਸਾਊਥ ਦੀਆਂ ਭਾਸ਼ਾਵਾਂ 'ਚ, ਉੱਥੇ ਤਾਂ ਉਹਨਾਂ ਨੇ ਸਕੂਲੀ ਸਿੱਖਿਆ ਦਾ ਸਾਰਾ ਪ੍ਰਬੰਧ ਕੰਨੜ ਦੇ ਵਿੱਚ, ਕਰਨਾਟਕਾ ਵਾਲਿਆਂ ਨੇ ਇਹ ਕਰਤਾ ਕਿ ਕੰਨੜ ਵਿੱਚ ਹੀ ਸਕੂਲੀ ਸਿੱਖਿਆ ਦਾ ਸਾਰਾ ਪ੍ਰਬੰਧ ਹੋਏਗਾ।
ਪਰ ਸਾਡੇ ਇਹੋ ਜਿਹੀਆਂ ਆਪਸ਼ਨਾਂ ਦੇਣ ਦੀ ਆਦਤ ਆ ਬਾਰ ਬਾਰ ਜੀ। ਜੇ ਅਸੀਂ ਅੰਗਰੇਜ਼ੀ ਅਤੇ ਫਾਰਸੀ ਸਿੱਖ ਸਕਦੇ ਹਾਂ ਤਾਂ ਜਿਹੜੀ ਭਾਸ਼ਾ ਸਾਨੂੰ ਆਉਂਦੀ ਆ ਅਸੀਂ ਉਹਦੇ 'ਚ ਸਾਰੇ ਸਬਜੈਕਟ ਸਾਰੇ ਵਿਗਿਆਨ ਕਿਉਂ ਨਹੀਂ ਪੜ੍ਹ ਸਕਦੇ, ਉਹਦੇ 'ਚ ਮੈਡੀਕਲ ਕਿਉਂ ਨਹੀਂ ਪੜ੍ਹਿਆ ਜਾ ਸਕਦਾ, ਸਾਡਾ ਬੱਚਾ ਰੂਸ ਜਾਂਦਾ, ਸਾਡਾ ਬੱਚਾ ਯੂਕਰੇਨ ਜਾਂਦਾ, ਸਾਡਾ ਬੱਚਾ ਦੂਜੇ ਦੇਸ਼ਾਂ 'ਚ ਜਾਂਦਾ, ਉਹ ਮੁਲਕ ਪਹਿਲਾਂ ਸਾਡੇ ਬੱਚਿਆਂ ਨੂੰ ਇੱਕ ਸਾਲ ਆਪਣੀ ਭਾਸ਼ਾ ਪੜ੍ਹਾਉਂਦੇ ਆ, ਰੂਸ ਵਾਲੇ ਪਹਿਲਾਂ ਰੂਸੀ ਸਿਖਾਉਂਦੇ ਆ ਇੱਕ ਸਾਲ, ਫਿਰ 4 ਸਾਲਾਂ 'ਚ ਮੈਡੀਕਲ ਕਰਾਉਂਦੇ ਆ ਉਹਨੂੰ। ਉਹ ਬੱਚਾ ਰੂਸੀ ਭਾਸ਼ਾ 'ਚ ਤਾਂ ਜਾ ਕੇ ਮੈਡੀਕਲ ਕਰ ਸਕਦਾ ਅਤੇ ਪੰਜਾਬੀ 'ਚ ਕਿਉਂ ਨਹੀਂ ਕਰ ਸਕਦਾ? ਦੂਜੀ ਜ਼ਬਾਨ ਸਿੱਖਦਾ ਸਾਲ ਵੇਸਟ ਹੁੰਦਾ, ਪੰਜਾਬੀ ਤਾਂ ਸਾਲ ਵੇਸਟ ਕਰਨ ਦੀ ਵੀ ਲੋੜ ਨਹੀਂ, ਪੰਜਾਬੀ ਤਾਂ ਪਹਿਲੇ ਸਾਲ ਤੋਂ ਤੁਸੀਂ ਉਹਨੂੰ ਵਿਗਿਆਨ ਪੜ੍ਹਾਉਣਾ ਸ਼ੁਰੂ ਕਰ ਦਿਓਗੇ ਜੀ। ਜੀ ਤਾਂ ਆਖਰੀ ਸਵਾਲ ਹੈ ਜੀ ਕਿ ਇਸ ਹੁਕਮ ਨੂੰ ਲਾਗੂ ਕਰਵਾਉਣ ਦੇ ਲਈ ਲੋਕਾਂ ਦਾ ਸੁਚੇਤ ਹੋਣਾ ਲਾਜ਼ਮੀ ਹੈ, ਸਰਕਾਰ ਦਾ ਡੰਡਾ ਲਾਜ਼ਮੀ ਹੈ, ਪਰ ਕੀ ਜਿਹੜੇ ਤੁਹਾਡੇ ਵਰਗੇ ਬੁੱਧੀਜੀਵੀ ਹੈਗੇ ਨੇ, ਬਹੁਤ ਸਾਰੇ ਪੰਜਾਬੀ ਨੂੰ ਸਮਝਣ ਵਾਲੇ ਅਤੇ ਪੰਜਾਬੀ ਦੇ ਇਹ ਕਹਿ ਸਕਦੇ ਹਾਂ ਕਿ ਰਖਵਾਲੇ ਜਿਹੜੇ ਨੇ, ਉਹਨਾਂ ਨੂੰ ਵੀ ਕੋਈ ਇਸ ਮਾਮਲੇ 'ਤੇ ਇਨੀਸ਼ੀਏਟ ਲੈਣ ਦੀ ਜ਼ਰੂਰਤ ਹੈ? ਦੇਖੋ ਮੈਂ ਸਮਝਦਾ ਕਿ ਕੇਂਦਰੀ ਪੰਜਾਬੀ ਲੇਖਕ ਸਭਾ 1956 ਦੀ ਬਣੀ ਹੋਈ ਹੈ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਉਸ ਤੋਂ 1 ਸਾਲ ਬਾਅਦ ਬਣ ਗਈ ਹੈ, ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ। ਜੇ ਅਸੀਂ ਇਸ ਗੱਲ ਨੂੰ ਲੋਕਾਂ ਦੀ ਸਮਝ ਦਾ ਹਿੱਸਾ ਨਹੀਂ ਬਣਾ ਸਕੇ ਤਾਂ ਮੈਂ ਸਮਝਦਾ ਕਿ ਇਹਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਪੰਜਾਬ ਦੇ ਲੇਖਕਾਂ ਅਤੇ ਪੰਜਾਬ ਦੇ ਬੁੱਧੀਜੀਵੀਆਂ ਦੇ ਉੱਤੇ ਆਉਂਦੀ ਆ ਕਿ ਅਸੀਂ ਲੋਕਾਂ 'ਚ ਇਸ ਕਿਸਮ ਦੀ ਭਾਸ਼ਾ ਦੀ ਚੇਤਨਾ ਨਹੀਂ ਪੈਦਾ ਕਰ ਸਕੇ ਜਿਸ ਕਿਸਮ ਦੀ ਭਾਸ਼ਾ ਦੀ ਚੇਤਨਾ ਸਾਊਥ ਦੇ ਸੂਬਿਆਂ ਵਿੱਚ ਆ ਜਾਂ ਬੰਗਾਲੀਆਂ ਕੋਲ ਆ। ਇੱਕ ਤਾਂ ਇਹ ਜ਼ਿੰਮੇਵਾਰ ਨੇ, ਦੂਜੀ ਗੱਲ ਇਹ ਆ ਕਿ ਲੇਖਕ ਭਾਈਚਾਰਾ ਅਤੇ ਬੁੱਧੀਜੀਵੀ ਉਹ ਸਾਡੇ ਸਮਾਜ ਨੂੰ ਸੁਚੇਤ ਕਰਨ ਦਾ ਕੰਮ ਤਾਂ ਕਰ ਸਕਦੇ ਆ, ਪਰ ਇਹਨਾਂ ਦੀ ਆਪਣੇ ਤੌਰ 'ਤੇ, ਕਿਉਂਕਿ ਇਹਨਾਂ ਦੀ ਰੇਸ਼ੋ ਬਹੁਤ ਥੋੜ੍ਹੀ ਆ, ਇਹਨਾਂ ਦੀ ਆਪਣੇ ਤੌਰ 'ਤੇ ਏਡੀ ਵੱਡੀ ਭੂਮਿਕਾ ਨਹੀਂ। ਅਸੀਂ ਲੰਮੇ ਸੰਘਰਸ਼ ਅਤੇ ਜਾਨ ਹੂਲਮੇ ਸੰਘਰਸ਼ ਨਹੀਂ ਕੀਤੇ, ਅਸੀਂ ਅਸਫਲ ਹੋਏ ਹਾਂ, ਸਾਨੂੰ ਇਹ 'ਚ ਮੰਨਣ 'ਚ ਕੋਈ ਇਤਰਾਜ਼ ਨਹੀਂ। ਇਸ ਕਰਕੇ ਲੇਖਕਾਂ ਨੂੰ ਵੀ ਇਸ ਗੱਲੋਂ ਬਹੁਤ ਸੁਚੇਤ ਹੋਣਾ ਪਏਗਾ ਕਿ ਅਸੀਂ ਆਪਣੀ ਬਣਦੀ ਭੂਮਿਕਾ ਨਿਭਾਈਏ। ਦੂਸਰਾ ਹੈਗਾ ਕਿ ਸਰਕਾਰਾਂ ਦੇ ਉੱਤੇ ਦਬਾਅ, ਲੋਕਾਂ ਦਾ ਦਬਾਅ ਤਾਂ ਹੀ ਪਏਗਾ ਜੇ ਲੋਕ ਚੇਤਨ ਹੋਣਗੇ। ਹਾਂ, ਇੱਕ ਗੱਲ ਮੈਂ ਹੋਰ ਨਾਲ ਕਹਿ ਰਿਹਾ ਕਿ ਲੇਖਕ ਡਰ ਕਿਉਂ ਜਾਂਦੇ ਨੇ, ਚੁੱਪ ਕਿਉਂ ਹੋ ਜਾਂਦੇ ਨੇ? ਲੇਖਕ ਵੀ ਇਨਸਾਨ ਨੇ। ਜਿਸ ਕਿਸਮ ਦੀ ਸਮਾਜ ਵਿੱਚ ਕਰਪਸ਼ਨ ਆ, ਇਸ ਕਿਸਮ ਦੀ ਕਰਪਸ਼ਨ ਦਾ ਸ਼ਿਕਾਰ ਅਸੀਂ ਵੀ ਹਾਂ, ਸਾਨੂੰ ਵੀ ਜਦੋਂ ਅਹੁਦੇਦਾਰਾਂ ਦਾ ਲਾਲਚ ਹੁੰਦਾ ਆ, ਇਨਾਮਾਂ ਦਾ ਲਾਲਚ ਹੁੰਦਾ ਆ, ਉਦੋਂ ਅਸੀਂ ਵੀ ਮਲਮੀ ਜੀਵ ਨਾਲ, ਅਸੀਂ ਸਰਕਾਰ ਦੇ ਗੁਣ ਗਾਉਣ 'ਚ ਤਾਂ ਬਹੁਤ ਤੇਜ਼ ਹਾਂ, ਪਰ ਸਰਕਾਰ ਦੀ ਆਲੋਚਨਾ ਸਰਕਾਰ ਦੇ ਮੂੰਹ 'ਤੇ ਕਰਨ ਤੋਂ ਬਹੁਤ ਡਰਦੇ ਹਾਂ। ਜਿੰਨੀ ਦੇਰ ਤੱਕ ਸਾਡੇ 'ਚ ਉਹ ਬੌਧਿਕ ਇਮਾਨਦਾਰੀ ਅਤੇ ਉਹ ਨਿਰਭੈਤਾ ਨਹੀਂ ਆਉਂਦੀ ਜਿਹੜੀ ਲੇਖਕ ਦੇ ਵਿੱਚ ਹੋਣੀ ਚਾਹੀਦੀ ਆ, ਜਦੋਂ ਅਸੀਂ ਇਨਾਮਾਂ ਸਨਮਾਨਾਂ ਵੱਲ ਦੇਖਾਂਗੇ, ਸਰਕਾਰੀ ਕੁਰਸੀਆਂ ਵੱਲ ਦੇਖਾਂਗੇ, ਤਾਂ ਫਿਰ ਅਸੀਂ ਇਸੇ ਤਰ੍ਹਾਂ ਦੀ ਮਲਮੀ ਜੀਵ ਨਾਲ ਗੱਲਾਂ ਕਰਦੇ ਰਹਾਂਗੇ। ਬਹੁਤ ਧੰਨਵਾਦ ਪ੍ਰੋਫੈਸਰ, ਥੈਂਕ ਯੂ। ਡਿਟੇਲ ਦੇ ਵਿੱਚ ਜਾਣਕਾਰੀ ਦੇਣ ਦੇ ਲਈ, ਤਾਂ ਕਾਫੀ ਗੰਭੀਰ ਵਿਸ਼ਾ ਸੀ, ਗੰਭੀਰ ਵਿਸ਼ਾ ਇਸ ਕਰਕੇ ਕਿ UGC ਨੇ ਤਾਂ ਇਹ ਆਰਡਰ ਕਰਤੇ ਕਿ ਯੂਨੀਵਰਸਿਟੀਆਂ ਜਿਹੜੀਆਂ ਨੇ ਉਹ ਬੱਚਿਆਂ ਨੂੰ ਇਹ ਮੌਕਾ ਦੇਣ, ਪਰ ਇਹਨੂੰ ਲਾਗੂ ਕਰਨ ਦੇ ਵਿੱਚ ਦਿੱਕਤਾਂ ਕੀ ਆ ਸਕਦੀਆਂ, ਪਰੇਸ਼ਾਨੀਆਂ ਕੀ ਹੈ, ਔਰ ਇਸ ਨੂੰ ਕਿਸ ਤਰੀਕੇ ਨਾਲ ਲਾਗੂ ਕਰਵਾਇਆ ਜਾ ਸਕਦਾ, ਤਮਾਮ ਗੱਲਾਂ ਬਾਤਾਂ ਕੀਤੀਆਂ। ਉਮੀਦ ਕਰਦੇ ਹਾਂ ਕਿ ਇਹਨਾਂ ਗੱਲਾਂ ਨੂੰ ਸਮਝ ਕੇ ਤੁਸੀਂ ਵੀ ਅੱਗੇ ਜ਼ਰੂਰ ਲੋਕਾਂ ਨੂੰ ਜਾਗਰੂਕ ਕਰੋਗੇ ਕਿ ਸਾਡੀ ਸਮੱਸਿਆ ਖੜੀ ਕਿੱਥੇ ਆ। ਲਗਾਤਾਰ ਇਹਨਾਂ ਵਿਸ਼ਿਆਂ 'ਤੇ ਔਰ ਤਮਾਮ ਸਾਡੇ ਪੰਜਾਬ ਦੇ ਨਾਲ ਜੁੜੇ ਵਿਸ਼ਿਆਂ 'ਤੇ ਲਗਾਤਾਰ ਚਰਚਾ ਕਰਦੇ ਰਹਾਂਗੇ। ਫਿਲਹਾਲ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।